ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪ੍ਰਚਾਰਕ ਸ਼੍ਰੇਣੀ ਨੂੰ ਲੈ ਕੇ ਬਹੁਤ ਸਾਰੇ ਸਿੰਘ ਅਜਿਹੇ ਹੈ ਨੇ ਜੋ ਬਹੁਤ ਸਾਰੇ ਪ੍ਰਚਾਰਕਾਂ ਦੇ ਉੱਤੇ ਉਂਗਲਾਂ ਚੱਕਦੇ ਨੇ ਅਤੇ ਕਹਿੰਦੇ ਨੇ ਕਿ ਇਹ ਮਨਮਤ ਪ੍ਰਚਾਰਦੇ ਨੇ। ਜੋ ਵੀ ਪ੍ਰਚਾਰ ਪ੍ਰਸਾਰ ਇਹ ਕਰਦੇ ਨੇ ਉਹ ਗੁਰਮਤਿ ਕਸੌਟੀ 'ਤੇ ਖਰਾ ਉਤਰਦਾ ਨਜ਼ਰ ਨਹੀਂ ਆਉਂਦਾ। ਫਿਰ ਗੱਲ ਚਾਹੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਹੋਵੇ ਜਾਂ ਭਾਈ ਧੂੰਦਾ ਦੀ, ਇੱਕ ਸਿੰਘ ਨੇ ਇਹਨਾਂ ਦੋਹਾਂ ਨੂੰ ਲਾਈਵ ਹੋ ਕੇ ਕੁਝ ਸਵਾਲ ਕੀਤੇ ਅਤੇ ਕੁਝ ਖਰੀਆਂ ਖਰੀਆਂ ਸੁਣਾਉਂਦਿਆਂ ਇਹ ਕਿਹਾ ਕਿ ਇਹ ਸ਼ਾਇਦ ਆਪਣਾ ਹੀ ਇੱਕ ਅਲੱਗ ਵੱਖਰਾ ਮਹਾਨ ਕੋਸ਼ ਲਿਖਣ ਬੈਠ ਗਏ ਨੇ, ਜਿਸ ਦੇ ਵਿੱਚ ਆਪਣੀ ਮਨਮਤ ਅਨੁਸਾਰ ਕੁਝ ਵੀ ਪਿਰੋਈ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਰਹੇ ਸੀਗੇ ਇੱਕ ਧੂੰਦਾ ਰਾਮ ਜੀ ਅਤੇ ਇੱਕ ਢੱਡਰੀ ਨਾਥ ਜੀ ਦਾ। ਚੇਤਾ ਹੀ ਸਿਮਰਨ ਆ, ਚੇਤਾ ਹੀ ਸਿਮਰਨ ਆ, ਵਾਰ ਵਾਰ ਉਹੀ ਗੱਲਾਂ ਵੀ ਪਤਾ ਨਹੀਂ ਕਿਹੜਾ ਮਹਾਨ ਕੋਸ਼ ਇਹਨਾਂ ਨੇ ਬਣਾਇਆ ਵਾ ਵੀ ਜਿੱਥੋਂ ਇਹਨਾਂ ਨੂੰ ਇਹ ਸ਼ਬਦ ਜਿਹੜੇ ਆ ਪਤਾ ਲੱਗਦੇ ਆ ਵੀ ਜਾਂ ਤਾਂ ਕਾਮੇਸ਼ਰ ਦੁਆਰ 'ਚ ਬਹਿ ਕੇ ਇਹਨਾਂ ਨੇ ਕੋਈ ਬਣਾ ਲਿਆ ਆਪਣਾ ਮਹਾਨ ਕੋਸ਼, ਜਾਂ ਧੂੰਦੇ ਰਾਮ ਹੁਣ ਆਪਣੇ ਪਿੰਡ ਬਹਿ ਕੇ ਬਣਾ ਲਿਆ। ਮਹਾਰਾਜ ਦੀ ਬਾਣੀ ਇੱਕੋ ਪੰਕਤੀ ਅੰਦਰ ਸਾਰਾ ਨਿਚੋੜ ਕੱਢ ਦਿੰਦੀ ਹੈ, ਇੱਕੋ ਹੀ। ਮੈਂ ਕੋਈ ਸਿਆਣਾ ਨਹੀਂ, ਮੈਂ ਕੋਈ ਕਥਾਵਾਚਕ ਨਹੀਂ, ਡਰਾਈਵਰ ਬੰਦਾ ਹਾਂ, ਪਰ ਆਹ ਨਵੇਂ ਨਵੇਂ ਜਿਹੜੇ ਅਰਥ ਆਉਂਦੇ ਆ ਨਾ, ਪਤਾ ਨਹੀਂ ਕਿਹੜਾ ਪਿਓ ਵਾਲਾ ਮਹਾਨ ਕੁਛ ਇਹਨਾਂ ਨੇ ਕੱਢ ਲਿਆ ਜਿਹਦੇ ਵਿੱਚ ਉਹ ਅਰਥ ਆਉਂਦੇ ਆ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਆ ਵੀ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਇਹ ਕਹਿੰਦੇ ਆ ਜੀ ਚੇਤਾ ਰੱਖਣਾ ਹੀ ਸਿਮਰਨ ਆ। ਹੁਣ ਕੱਲ ਨੂੰ ਇਹ ਨਾ ਕਿ ਉਹ ਵੀ ਜਿਹੜਾ ਜੀਵ ਆ, ਜੀਵ ਦਾ ਨਾਂ ਆ ਦਿਮਾਗ, ਰਸਨਾ ਜਪੇ ਨਾ ਨਾਮ, ਰਸਨਾ ਦਾ ਨਾਂ ਆ ਦਿਮਾਗ, ਤਿਲ ਤਿਲ ਕਰ ਕੱਟੀ ਹੈ, ਤਿਲ ਤਿਲ ਕਰਕੇ ਤੇ ਦਿਮਾਗ ਤੇ ਕੱਟਿਆ ਨਹੀਂ ਜਾਂਦਾ ਤੇ ਰਸਨਾ ਹੀ ਕੱਟਣੀ ਆ। ਤੇ ਚੇਤਾ ਕਿਹੜੇ ਹਿਸਾਬ ਨਾਲ, ਚੇਤਾ ਕਿੱਧਰ ਆ ਗਿਆ ਵਿੱਚ ਸਿਮਰਨ ਦੇ, ਸਿਮਰਨ ਤੇ ਚੇਤਾ ਇੱਕੋ ਗੱਲ ਆ, ਚੇਤੇ ਰੱਖਣਾ ਹੀ ਸਿਮਰਨ ਆ। ਮਹਾਰਾਜ ਫੁੰਨੇ ਮਹੱਲਾ ਪੰਜਵਾਂ ਦੇ ਵਿੱਚ ਉਚਾਰਦੇ ਆ, ਇਹ ਸ਼ਬਦ ਵੀ ਉਸੇ ਬਾਣੀ ਦੇ ਵਿੱਚ ਆ, ਡਿੱਠੇ ਸੱਬੇ ਥਾਉ ਨਹੀਂ ਤੂੰ ਦੁਜੇਹਾ, ਬੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਵਸਤੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਅਸਮਲ ਜਾਏ ਨਾਇਆ ਰਾਮਦਾਸਰ। ਉਸੇ ਬਾਣੀ ਦੇ ਵਿੱਚ ਹੀ ਮਹਾਰਾਜ ਉਚਾਰਦੇ ਆ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਇਹ ਚੇਤਾ ਕਿਸ ਤਰ੍ਹਾਂ ਹੋ ਗਿਆ ਸਿਮਰਨ, ਚੇਤਾ ਕਿਸ ਤਰ੍ਹਾਂ ਹੋ ਗਿਆ ਦੱਸੋ ਮੈਨੂੰ। ਫਿਰ ਇਸ ਤੋਂ ਗਾਂਹ ਚੱਲੋ ਬਹੁਤ ਸਾਰੀਆਂ ਗੱਲਾਂ ਵਾ ਜਿਹੜੀਆਂ ਇਹਨਾਂ ਕੋਈ ਇੱਕ ਤਾਂ ਇਹ ਗੱਲ ਇਹ ਮੈਂ ਸੋਚਦਾ ਨਾ ਵੀ ਇਹ ਮਲਕ ਭਾਗੋ ਦੀ ਅਤੇ ਭਾਈ ਲਾਲੋ ਜੀ ਦੀ ਸਾਖੀ ਕਿਉਂ ਨਕਾਰਦੇ ਆ, ਨਕਾਰਨ ਦੇ ਪਿੱਛੇ ਕਾਰਨ ਕੀ ਆ। ਨਕਾਰਨ ਦੇ ਪਿੱਛੇ ਕਾਰਨ ਇਹਨਾਂ ਦਾ ਇਹ ਸਾਹਮਣੇ ਆਉਂਦਾ ਆ ਵੀ ਇਹਨਾਂ ਦੇ ਡੇਰੇ, ਇਹਨਾਂ ਦੀ ਰਿਹਾਇਸ਼ ਜਿਹੜੀ ਆ ਮਲਕ ਭਾਗੋ ਦੇ ਘਰ ਅੱਜ ਵੀ ਆ। ਇਹ ਬਾਹਰਲੇ ਮੁਲਕਾਂ 'ਚ ਆਉਂਦੇ ਆ, ਇਹ ਵੱਡੇ ਵੱਡੇ ਪ੍ਰਧਾਨਾਂ ਦੇ ਘਰ ਰਹਿੰਦੇ ਆ, ਜਿਨ੍ਹਾਂ ਦੇ ਬੜੇ ਬੜੇ ਤੰਬਾਕੂਆਂ ਦੇ ਠੇਕੇ ਆ, ਸ਼ਰਾਬ ਦੇ ਠੇਕੇ ਆ,
ਆ ਗਿਰੇਵਾਲ ਕਰਕੇ ਸਨੋਜੇ ਦੇ ਵਿੱਚ ਆ, ਉਹਦੇ ਸ਼ਰਾਬ ਦੇ ਠੇਕੇ ਆ, ਉਹਨਾਂ ਦੇ ਘਰ ਹੀ ਰਹਿੰਦਾ। ਮਲਕ ਭਾਗੋ ਦੇ ਘਰ ਤੁਸੀਂ ਰਹਿਣਾ ਹਾਂ, ਅਤੇ ਸਾਖੀ ਜਿਹੜੀ ਆ ਉਹ ਨਕਾਰਨੀ ਤੁਸੀਂ ਮਹਾਰਾਜ ਦੀ। ਕਮਾਲ ਦੀ ਗੱਲ ਆ। ਹਾਂਜੀ ਹਾਂਜੀ, ਸ਼ੁਭ ਗੁਣ ਇਹੋ ਹੀ ਧਾਰਨ ਕਰਨੇ, ਆਪਣਾ ਮੀਟਰ ਹੀ ਗਵਾ ਲੈਣਾ, ਆਪਣਾ ਮੀਟਰ ਹੀ ਪਟਾ ਕੇ ਸੁੱਟ ਦੇਣਾ। ਇਹ ਸ਼ੁਭ ਗੁਣ, ਸ਼ੁਭ ਗੁਣ ਇਹਨਾਂ ਦੇ ਹਿਸਾਬ ਨਾਲ। ਧੂੰਦਾ ਧੂੰਦਾ ਕਹਿੰਦਾ ਸੀਗਾ ਰੇਡੀਓ ਦੇ ਉੱਤੇ ਵੀ ਮੇਰੀ ਧੀ ਨੂੰ ਗਾਲਾਂ ਕੱਢੀਆਂ, ਧੀਆਂ ਦੀਆਂ ਗਾਲਾਂ ਕੱਢਦੇ ਆ, ਧਮਕੀਆਂ ਦਿੰਦੇ ਆ, ਤੈਨੂੰ ਕਿਸੇ ਨੇ ਧੀ ਦੀ ਗਾਲ ਨਹੀਂ ਕੱਢੀ, ਮੈਂ ਹੀ ਤੈਨੂੰ ਕਿਹਾ ਸੀਗਾ ਵੀ ਤੇਰੀ ਧੀ ਨੂੰ ਨੰਗਿਆਂ ਕਰਕੇ, ਤੇਰੀ ਮਾਂ ਨੂੰ ਨੰਗਿਆਂ ਕਰਕੇ ਜਾਂ ਤੇਰੀ ਭੈਣ ਨੂੰ ਨੰਗਿਆਂ ਕਰਕੇ ਤੇਰੇ ਨੰਗੇ ਦੇ ਉੱਤੇ ਤੈਨੂੰ ਪਾਇਆ ਹੁੰਦਾ ਤੇ ਤੂੰ ਜ਼ਰੂਰ ਕਹਿੰਦਾ ਸਾਨੂੰ ਖਾਲਿਸਤਾਨ ਚਾਹੀਦਾ ਆ, ਸਾਨੂੰ ਖਾਲਸਾ ਰਾਜ ਚਾਹੀਦਾ, ਤੇਰੇ ਨਾਲ ਹੋਈ ਨਹੀਂ ਤੇ ਇਸ ਕਰਕੇ ਤੂੰ ਇਹਦਾ ਵਿਰੋਧ ਕਰਦਾ ਆ। ਉਹਨਾਂ ਸ਼ਹੀਦਾਂ ਨੂੰ ਕਹਿੰਦਾ ਆ ਤੂੰ ਨੁਕਸਾਨ ਹੋ ਗਿਆ ਜੀ, ਬਹੁਤ ਨੁਕਸਾਨ ਹੋ ਗਿਆ ਜੀ। ਉਹ ਸ਼ਹੀਦੀ ਨੂੰ ਤੁਸੀਂ ਨੁਕਸਾਨ ਗਿਣਨ ਵਾਲੇ ਕਿਹੜੇ ਮਹਾਨ ਕੋਸ਼ ਦੇ ਵਿੱਚੋਂ ਅਰਥ ਕੱਢ ਲਿਆ ਪਿਓ ਵਾਲੇ, ਜਿੱਥੇ ਬਹਿੰਦੇ ਆ ਹੁਣ ਆ। ਢੰਡਰੀ ਦਾ ਇੱਕ ਹੋਰ ਨਵਾਂ ਜੱਬ ਸੁਣ ਲਿਆ, ਕਹਿੰਦਾ ਜੀ ਕਸ਼ਹਿਰੇ ਵਾਲੇ ਬਾਬਿਆਂ ਦੇ ਥੱਲੋਂ ਸਿੱਖਾਂ ਨੂੰ ਕੱਢਣਾ। ਕਸ਼ਹਿਰਾ ਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਇਆ ਸੀਗਾ, ਉਹਨਾਂ ਨੇ ਦਿੱਤਾ ਇਹ ਕਸ਼ਹਿਰੇ ਵਾਲੇ ਬਾਬਿਆਂ ਦੇ ਥੱਲਿਓਂ ਕੱਢ ਕੇ ਕਿਹੜੀ ਆਪਣੀ ਮਾਂ ਦੇ ਥੱਲੇ ਪਾਉਣਾ ਹੀ ਇਹਨਾਂ ਨੂੰ। ਉਹ ਅਕਲ ਨੂੰ ਹੱਥ ਮਾਰ, ਕੋ ਐਡਾ ਚਾਂਬਲ ਨਾ ਪੱਲੇ ਤੇਰੇ ਕੱਖ ਨਹੀਂ ਆ, ਪੰਜ ਫੁੱਟੀਏ ਗਦੂਦੇ ਇੱਥੇ ਵੀ ਆਣ ਕੇ ਤੇਰਾ ਇਹੋ ਹੀ ਹਾਲ ਆ, ਬੜੀ ਬੜੀ ਬਾਤੇ ਭੀਖ ਮੰਗ ਕੇ ਖਾਤੇ। ਉਹ ਸ਼ਰਮ ਨੂੰ ਹੱਥ ਮਾਰ, ਫਿਰ ਇਹਦੇ ਚੇਲੇ ਚਪਟੇ ਜਿਹੜੇ ਆ ਉਹ ਕਹਿੰਦੇ ਜੀ ਤੁਸੀਂ ਧੁੰਮੇ ਦਾ ਵਿਰੋਧ ਨਹੀਂ ਕਰਦੇ, ਤੁਸੀਂ ਠਾਕਰ ਸਿੰਘ ਗੱਪੀ ਦਾ ਵਿਰੋਧ ਨਹੀਂ ਕਰਦੇ, ਉਹ ਅਸੀਂ ਕਿਉਂ ਕਰੀਏ। ਕਦੀ ਉਹਨਾਂ ਨੇ ਕਿਹਾ ਵੀ ਬਾਬਾ ਬਚਿੱਤਰ ਸਿੰਘ ਜੀ ਨੇ ਅੱਖ 'ਚ ਨਾਗਣੀ ਮਾਰੀ ਆ, ਮੱਥੇ 'ਚ ਨਹੀਂ ਮਾਰੀ। ਕਦੀ ਉਹਨਾਂ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜ਼ਰੀਆ ਦੱਸਿਆ? ਕਦੀ ਉਹਨਾਂ ਨੇ ਕਿਹਾ ਸਿਮਰਨ ਕਰਨ ਦਾ ਕੋਈ ਫਾਇਦਾ ਨਹੀਂ, ਰਹਿਣ ਸਫਾਈਆਂ ਕਰਨ ਦਾ ਕੋਈ ਫਾਇਦਾ ਨਹੀਂ? ਇਹ ਤੇਰਾ ਵਿਰੋਧ ਇਸ ਕਰਕੇ ਨਹੀਂ ਹੋ ਰਿਹਾ ਵੀ ਤੂੰ ਅੱਛਾ ਫਿਰ ਚਲੋ, ਤੇਰਾ ਵਿਰੋਧ ਇਸ ਕਰਕੇ ਹੋ ਰਿਹਾ ਜਿਹੜੀਆਂ ਤੂੰ ਆਪਣੀਆਂ ਮਨਮਤੀਆਂ ਕਰਦਾ, ਇਸ ਕਰਕੇ ਤੇਰਾ ਵਿਰੋਧ ਹੋ ਰਿਹਾ। ਦੂਸਰਾ ਤੂੰ ਕਹਿੰਦਾ ਵੀ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੰਨੋ, ਅਕਾਲ ਤਖਤ ਸਾਹਿਬ ਦੀ ਖਰੜੇ ਨੂੰ ਤੁਸੀਂ ਮਰਿਆਦਾ ਮਨਾਈ ਜਾਂਦੇ ਹੋ, ਉਹ ਖਰੜਾ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਉਹ ਖਰੜੇ ਦੇ ਉੱਤੇ ਤੇਰੇ ਪਾਪਿਆਂ ਦੇ ਰਾਧਾ ਸੁਆਮੀ ਸਤਸੰਗ ਬਿਆਸ, ਰਾਧਾ ਸੁਆਮੀ ਸਤਸੰਗ ਆਗਰੇ ਦਾ ਨਾਮਧਾਰੀਆਂ ਦੇ ਦਸਖਤ ਆ, ਜਿਨ੍ਹਾਂ ਨੂੰ ਤੁਸੀਂ ਭੰਡਦੇ ਨਹੀਂ ਥੱਕਦੇ ਸਟੇਜਾਂ ਤੋਂ ਉਦਾਸੀ ਨਿਰਮਲੇ ਸੰਪਰਦਾਵਾਂ ਦੇ, ਉਹਨਾਂ ਦੇ ਵੀ ਦਸਖਤ ਆ ਉਸ ਖਰੜੇ ਦੇ ਉੱਤੇ। ਅਤੇ ਕਈ ਕਮੇਟੀ ਮੈਂਬਰ ਉਦੋਂ ਦਾੜੀ ਮੁੰਨੇ ਵੀ ਸੀ ਜਿਨ੍ਹਾਂ ਨੇ ਉੱਥੇ ਦਸਖਤ ਕੀਤੇ ਆ। ਅੱਛਾ ਚਲੋ, ਉਹਨੂੰ ਹੀ ਮੰਨ ਲਾ, ਉਹ ਖਰੜੇ ਨੂੰ ਹੀ ਮੰਨ ਲਾ। ਉਹ ਖਰੜੇ ਦੇ ਵਿੱਚ ਕਿੱਥੇ ਲਿਖਿਆ ਵਾ ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ, ਇਹ ਪੜ੍ਹਨਾ ਚਾਹੀਦਾ ਮਹਾਰਾਜ ਦੀ ਹਜ਼ੂਰੀ 'ਚ। ਜਿਹੜੇ ਇਹਨੂੰ ਗੁਰਦੁਆਰੇ ਸਦਕੇ ਦਾ ਪ੍ਰੋਗਰਾਮ ਕਰਦੇ ਆ ਉਹ ਕਦੀ ਇਸ ਗੱਲ ਦਾ ਜਵਾਬ ਦੇਣਗੇ
ਇਹ ਤੁਹਾਡੀਆਂ ਧੀਆਂ ਦੇ ਸਾਹਮਣੇ ਇਹ ਗਾ ਸਕਦਾ, ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੇਰੀ ਮੱਧ ਵਿੱਚ ਵੇ ਬੂਟਾ ਟਾਹਲੀ ਦਾ। ਕਦੀ ਕਿਸੇ ਸੰਪਰਦਾ ਨੇ ਇਹ ਗੀਤ ਗਾਏ ਆ? ਮਹਾਰਾਜ ਦੀ ਹਜ਼ੂਰੀ 'ਚ ਬਹਿ ਗਏ, ਜੇ ਗਾਏ ਆ ਤਾਂ ਤਾਂ ਦੱਸੋ। ਤੇਰਾ ਵਿਰੋਧ ਤੂੰ ਇਸ ਤੋਂ ਪਹਿਲਾਂ ਵੀ ਅੱਛਾ ਵੇਖ, ਫਿਰ ਝੂਠ ਮਾਰਦਾ ਤੇਰਾ ਜਿਉਂ ਦਾ ਤੂੰ ਆਇਆ ਮਾਰਕੀਟ ਦੇ ਵਿੱਚ ਉਦੋਂ ਦਾ ਤੂੰ ਝੂਠ ਮਾਰਨਿਆ, ਫਿਰ ਵੀ ਤੈਨੂੰ ਲੋਕਾਂ ਨੇ ਬੜਾ ਸਿਰ 'ਤੇ ਚਾੜਿਆ ਸੀ, ਸੰਗਤ ਨੇ ਤੈਨੂੰ ਪੈਸੇ ਦੇ ਦੇ ਨਵਾਜਿਆ, ਅਤੇ 2004 ਦੇ ਵਿੱਚ ਤੂੰ ਕੈਨੇਡਾ ਆਇਆ, ਤੂੰ ਆਣ ਕੇ ਉੱਥੇ ਮੋਂਟਰੀਅਲ ਦੀ ਸਟੇਜ ਤੋਂ ਇਹ ਗੱਲ ਕਹੀ ਆ। ਅੱਜ ਵੀ ਉਹ ਬੰਦੇ ਜਿਉਂਦੇ ਆ, ਮੇਰੇ ਖਿਆਲ ਉਹ ਸਿੰਘ ਦਾ ਨਾਂ ਆ ਮੋਂਟਰੀਅਲ ਰਹਿੰਦਾ ਆ ਉਹ ਸਿੰਘ, ਮੈਨੂੰ ਉਹਦਾ ਨਾਂ ਨਹੀਂ ਚੇਤੇ ਆਉਣ ਡਿਆ, ਉਹਨੂੰ ਉਹ ਚੇਤਾ ਸਾਰੀ ਗੱਲ ਦਾ, ਪ੍ਰਭ ਸਰਵਣ ਸਿੰਘ ਨੂੰ ਇਹ ਗੱਲ ਚੇਤਾ ਹੋਊਗੀ ਬੜੀ ਚੰਗੀ ਤਰ੍ਹਾਂ ਮੋਂਟਰੀਅਲ ਸ਼ਹਿਰ ਦੇ ਨੂੰ। ਹਾਂਜੀ ਗੁਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਕਿਹਾ ਸੀਗਾ ਜੀ ਵੀ ਦਾਸ ਨੂੰ ਉਹ ਭੈੜੀ ਜੀ ਬਿਮਾਰੀ ਦਾ ਨੁਕਸ ਦੱਸਿਆ ਡਾਕਟਰਾਂ ਨੇ ਗਲੇ ਦੇ ਵਿੱਚ ਆ, ਅਤੇ ਕਹਿੰਦੇ ਜੀ ਜਾਂ ਤਾਂ ਕੀਰਤਨ ਛੱਡ ਦੇ ਅਤੇ ਜਾਂ ਫਿਰ ਤੈਨੂੰ ਸਰੀਰ ਛੱਡਣਾ ਪੈਣਾ। ਅਤੇ ਦਾਸ ਨੇ ਕਿਹਾ ਦਾਸ ਕੀਰਤਨ ਤਾਂ ਨਹੀਂ ਛੱਡ ਸਕਦਾ, ਸਰੀਰ ਜ਼ਰੂਰ ਛੱਡ ਦੂਗਾ, ਤੂੰ ਮਰਿਆ ਨਾ ਉਦੋਂ ਦਾ, ਤੈਨੂੰ ਮੌਤ ਨਾ ਆਈ। ਇਹ ਗੱਪਾਂ ਮਾਰਨੀਆਂ ਛੱਡ, ਇਹ ਲੋਕਾਂ ਦੇ ਸਿੰਘ ਫਸਾਉਣੇ ਛੱਡ, ਇੱਥੇ ਬੜੇ ਪਿਆਰ ਨਾਲ ਲੋਕੀ ਰਹਿੰਦੇ ਸੀ ਅਤੇ ਲੋਕਾਂ ਨੂੰ ਰਹਿਣ ਦੇ। ਦੂਜਿਆਂ ਨੂੰ ਤੂੰ ਕਹਿੰਦਾ ਇਹ ਸਾਧ ਵਿਹਲੜਿਆ ਸਾਧ ਵਿਹਲੜਿਆ, ਤੂੰ ਚਾਚਾ ਦੱਸ ਤੂੰ ਕਿਹੜਾ ਹਲਵਾ ਆਈ, ਸਰੀਰ ਤੇਰਾ ਨਿਆਣਿਆਂ ਦਾ ਵੀ ਭੋਲਾ। ਸ਼ਰਮ ਨੂੰ ਹੱਥ ਮਾਰ, ਕੁਛ ਸ਼ਰਮ ਨੂੰ ਹੱਥ ਮਾਰ, ਇਹ ਹਿਸਾਬ ਕਿਤਾਬ ਦੇਣਾ ਪੈਣਾ ਹੀ ਉਹ ਗੁਰੂ ਕੀ ਬਾਣੀ ਦਾ, ਗੁਰੂ ਕੇ ਲੁੱਟੇ ਹੋਏ ਮਾਲ ਦਾ। ਅਤੇ ਜਦੋਂ ਮਹਾਰਾਜ ਨੇ ਹਿਸਾਬ ਕਿਤਾਬ ਲਿਆ ਤਾਂ ਬੜਾ ਚੰਗੀ ਤਰ੍ਹਾਂ ਲੈਣਾ ਹੀ, ਬਗੈਰ ਮੀਟਰ ਵਾਲੇ ਬਾਬਾ ਜੀ। ਅਤੇ ਤੇਰੇ ਚੇਲੇ ਜਿਹੜੇ ਆ, ਤੇਰੇ ਚੇਲੇ ਗਾਲਾਂ ਕੱਢਦੇ ਲੋਕਾਂ ਨੂੰ, ਹਾਂ ਫਿਰ ਸਾਡੇ ਕੋਲ ਤੁਸੀਂ ਕਿਵੇਂ ਆਸ ਰੱਖਦੇ ਹਾਂ ਵੀ ਅਸੀਂ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਈਏ, ਅਸੀਂ ਤੁਹਾਨੂੰ ਚੌਪਈ ਸਾਹਿਬ ਦਾ ਪਾਠ ਸੁਣਾਈਏ, ਆਨੰਦ ਸਾਹਿਬ ਦਾ ਪਾਠ ਸੁਣਾਈਏ, ਸਾਡੇ ਮੂੰਹੋਂ ਵੀ ਗਾਲਾਂ ਹੀ ਨਿਕਲਣੀਆਂ। ਅਸੀਂ ਕੋਈ ਬ੍ਰਹਮ ਗਿਆਨੀ ਨਹੀਂ ਹਾਂ, ਅਸੀਂ ਕੋਈ ਸਾਧ ਨਹੀਂ ਹਾਂ, ਜਿਹੜੇ ਤੁਸੀਂ ਸਾਨੂੰ ਗਾਲਾਂ ਕੱਢੋਗੇ ਤਾਂ ਅਸੀਂ ਤੁਹਾਨੂੰ ਕਹਾਂਗੇ ਵੀ ਤਿੰਨਾਂ ਨਾ ਮਾਰੇ ਘੁੰਮ, ਘਰ ਆਪਣੇ ਨੇੜੇ ਜਾ ਕੇ ਪੈਰ ਤਿੰਨਾਂ ਦੇ ਚੁੰਮ। ਅਸੀਂ ਤਾਂ ਗਾੜੀਓ 76 ਫੇਰਨ ਵਾਲੇ ਹੀ ਹੋ, ਅਸੀਂ ਫੇਰਦੇ ਵੀ ਹਾਂ, ਆਹ ਲਾਈਵ ਹੋ ਕੇ ਜਿਹੜਾ ਬੋਲਣਾ ਤੈਨੂੰ 76 ਫੇਰਨ ਦੇ ਬਰਾਬਰ ਆ। ਇੰਨਾ ਵਿਰੋਧ ਕਿਸੇ ਕਥਾ ਵਾਚਕ ਦਾ, ਕਿਸੇ ਸਾਧੂ ਸੰਤ ਦਾ, ਕਿਸੇ ਮਹਾਤਮਾ ਦਾ ਹੋਇਆ ਜਿੰਨਾ ਤੇਰਾ ਹੋਣ ਡਿਆ। ਅੱਜ ਤੇਰੇ ਕਾਰਨ ਸਕਰਾਮੈਂਟੋ 'ਚ ਗੋਲੀ ਚੱਲੀ ਆ, ਵੀ ਇਹਦੇ ਨਾਲੋਂ ਕੀ ਕਹਿੰਦੇ ਹੁੰਦੇ ਆ ਵੀ ਹਰਾਮ ਦਾ ਕੰਮ ਹੋਰ ਕਿਹੜਾ ਹੋ ਸਕਦਾ। ਉਹ ਸ਼ਰਮ ਨੂੰ ਹੱਥ ਮਾਰ, ਗੱਪਾਂ ਵੱਡ ਵੱਡ ਜਿਹੜਾ ਪੈਸਾ ਇਕੱਠਾ ਕੀਤਾ ਆ ਜਾ ਕੇ ਵਿਆਹ ਕਰਾ ਲਾ, ਆਪਣੇ ਨਿਆਣੇ ਨੂਣੇ ਪਾਲ, ਬਹੁਤ ਹੋ ਗਿਆ ਹੁਣ। ਹਾਂਜੀ ਮਹਾਰਾਜ, ਤੇ ਆ
ਪਹੁੰਚਣ ਡਿਆ ਤੇ ਅਗਾਂ ਤੈਨੂੰ ਦਰਸ਼ਨ ਦੇਣ ਨੂੰ। ਬਾਬਾ ਜੀ ਇਹ ਮਲਕ ਭਾਗੋ ਦੇ ਘਰ ਰਹਿੰਦਾ ਆ, ਭਾਈ ਲਾਲੋ ਦੇ ਨਹੀਂ, ਇਹ ਮਲਕ ਭਾਗੋ ਦੇ ਘਰ ਰਹਿੰਦਾ ਆ। ਮਲਕ ਭਾਗੋ ਉਹ ਆ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਬਣੇ ਆ, ਜਿਹੜੇ ਜਿਨ੍ਹਾਂ ਦੇ ਸ਼ਰਾਬਾਂ ਦੇ ਠੇਕੇ ਆ, ਜਿਨ੍ਹਾਂ ਦੇ ਤੰਬਾਕੂਆਂ ਦੇ ਠੇਕੇ ਆ, ਤੰਬਾਕੂਆਂ ਦੇ ਬੜੇ ਬੜੇ ਤਗੜੇ ਤਗੜੇ ਸਪਲਾਇਰ ਆ, ਤੇ ਜਿਨ੍ਹਾਂ ਦੇ ਸ਼ਰਾਬ ਦੇ ਠੇਕੇ ਆ ਬੜੇ ਤਗੜੇ ਤਗੜੇ, ਇੱਕ ਇੱਕ ਸ਼ਹਿਰ ਦੇ ਵਿੱਚ ਪੰਜ ਪੰਜ ਸੱਤ ਸੱਤ ਦੁਕਾਨਾਂ ਆ, ਉਹ ਮਲਕ ਭਾਗੋ ਦੀ ਗਿਣਤੀ 'ਚ ਆਉਣਗੇ। ਉਹਨਾਂ ਨੂੰ ਤਾਂ ਆਪਾਂ ਭਾਈ ਲਾਲੋ ਜੀ ਦੇ ਕਹਿ ਨਹੀਂ ਸਕਦੇ, ਉਹਨਾਂ ਨੂੰ ਇਹ ਦੱਸੇ ਹਾਂ ਕਿਤੇ ਗਰੀਬ ਦੇ ਘਰ ਜਾ ਕੇ ਰਿਹਾ ਹੋਵੇ ਬਾਹਰਲੇ ਮੁਲਕ, ਇਹ ਉਹਨਾਂ ਦੇ ਘਰਾਂ 'ਚ ਜਾ ਕੇ ਰਹਿੰਦਾ ਜਿਹੜੇ ਮਿਲੀਨੀਅਰ ਬੰਦੇ ਆ, ਬੌਬ ਢਿੱਲੋਂ ਵਰਗੇ, ਜਿਹਨੂੰ ਨਾਂ ਦੇ ਆਪਣੇ ਨਾਂ ਦੇ ਅੱਗੇ ਸਿੰਘ ਲਾਉਂਦਿਆਂ ਸੰਗ ਆਉਂਦੀ ਆ, ਵੀ ਜੇ ਕਿਤੇ ਸਿੰਘ ਲਾਤਾ ਤਾਂ ਪਤਾ ਨਹੀਂ ਮੈਂ ਗਰਭਵਤੀ ਹੋ ਜਾਣਾ। ਇਹਨਾਂ ਲੋਕਾਂ ਨੇ ਪਾਇਆ ਗੰਦ, ਅਤੇ ਬਾਅਦ ਦੇ ਵਿੱਚ ਲੋਕ ਕਹਿ ਦਿੰਦੇ ਆ ਜੀ ਸਾਨੂੰ ਕੱਢੀਆਂ ਗਾਲਾਂ, ਹੋਰ ਅਸੀਂ ਤਾਂ ਇਹਨਾਂ ਨੂੰ ਚੌਪਈ ਸਾਹਿਬ ਦੇ ਪਾਠ ਸੁਣਾਉਣੋਂ ਰਹੇ, ਸੁਖਮਣੀ ਸਾਹਿਬ ਦਾ ਪਾਠ ਤਾਂ ਸੁਣਾਉਣੋਂ ਰਹੇ, ਅਸੀਂ ਇਹੋ ਕੋਸ਼ਿਸ਼ ਕਰਨਾ ਆ, ਕਿਉਂਕਿ ਇਹਨਾਂ ਦੀ ਔਕਾਤ ਹੀ ਇਸ ਤਰ੍ਹਾਂ ਦੀ ਆ, ਬੜੀ ਬੜੀ ਬਾਤੇ ਭੀਖ ਮੰਗ ਕੇ ਖਾਤੇ। ਉਹ ਸ਼ਰਮ ਨੂੰ ਹੱਥ ਮਾਰ, ਜਿੰਨੇ ਕੁ ਪੈਸੇ ਕੱਟ ਲਏ ਇਕੱਠੇ ਕਰ ਲਏ ਆ ਠੀਕ ਆ, ਜਾ ਜਾ ਕੇ ਵਿਆਹ ਵਿਊ ਕਰਾ ਕੇ ਆਪਣੇ ਨਿਆਣੇ ਪਾਲ, ਬਹੁਤ ਹੋ ਗਿਆ, ਬਹੁਤ ਡਰਾਮਾ ਹੋ ਗਿਆ ਸਿੱਖੀ ਦੇ ਵਿੱਚ ਤੇਰਾ। ਤੂੰ ਕਹਿੰਦਾ ਕਿਤਾਬ ਦੇ ਵਿੱਚ ਵੇਖਿਆ ਜੀ ਉਹ ਜਿਹੜੀ ਨਾਗਣੀ ਆ ਅੱਖ ਦੇ ਵਿੱਚ ਮਾਰ ਲਿਆ, ਇਹ ਕਿਤਾਬ ਦੇ ਵਿੱਚ ਤਾਂ ਹੋਰ ਵੀ ਬੜਾ ਕੁਛ ਤੂੰ ਵੇਖਿਆ ਹੋਣਾ ਜਿਹੜਾ ਤੂੰ ਦੱਸਣੋਂ ਲੋਕਾਂ ਨੂੰ ਰਹਿ ਗਿਆ। ਉਹ ਬਿੱਟੂ ਵਾਲੇ ਕੰਮ ਕਿਹੜੀ ਕਿਤਾਬ 'ਚ ਵੇਖੇ ਜੀ? ਇਹ ਬਾਬਾ ਜੀ ਸੈਕਰਾਮੈਂਟੋ ਅੱਜ ਚੱਲੀ ਆ, ਇਹਦੇ ਬੰਦਿਆਂ ਨੇ ਗੋਲੀ ਚਲਾਈ ਆ, ਉਹ ਸਿੰਘ ਦੇ ਗੱਡੀ 'ਚ ਗੱਡੀ ਮਾਰੀ ਆ, ਅਤੇ ਉਹ ਮੁੜਕੇ ਨੂੰ ਇਕੱਲੇ ਨੂੰ ਵੇਖ ਕੇ ਉਹਦੇ 'ਤੇ ਗੱਡੀ ਗੋਲੀ ਚਲਾਈ ਆ, ਅਤੇ ਉਹ ਦੋ ਤਿੰਨ ਜਾਂ ਚਾਰ ਬੰਦੇ ਉੱਥੇ ਉਹਨਾਂ ਨੇ ਘੇਰ ਕੇ ਰੱਖੇ ਆ, ਬਿਠਾ ਕੇ ਰੱਖੇ ਆ। ਅੱਜ ਇਹਦਾ ਦੀਵਾਨ ਸੀਗਾ ਸੈਕਰਾਮੈਂਟੋ, ਅਤੇ ਅਖਬਾਰਾਂ ਦੇ ਵਿੱਚ ਨਿਊਜ਼ ਚੈਨਲਾਂ ਦੇ ਉੱਤੇ, ਫੋਕਸ 40 ਨਿਊਜ਼ ਚੈਨਲ ਆ ਅਮਰੀਕਾ ਦਾ, ਉਹਦੇ ਉੱਤੇ ਆਉਣ ਦੀ ਆ ਇਹ ਖਬਰ। ਫੜਿਆ ਇਹਨਾਂ ਨੇ ਪਖੰਡ ਦੁਨੀਆ ਭਰ ਦਾ, ਅਤੇ ਲੋਕਾਂ ਨੂੰ ਪਖੰਡੀ ਦੱਸਦਾ, ਇਹ ਪਖੰਡਵਾਦ ਆ ਜੀ, ਫਲਾਣਾ ਪਖੰਡਵਾਦ ਆ ਜੀ, ਅਸੀਂ ਨਹੀਂ ਮੰਨਦੇ, ਅਸੀਂ ਨਹੀਂ, ਸਾਡੀਆਂ ਮਨਾਉਤਾਂ ਅੱਡ ਆ, ਤੇਰੀਆਂ ਮਨਾਉਤਾਂ ਅੱਡ ਆ, ਤੂੰ ਉੱਤੋਂ ਜੰਮਿਆ ਵਾ, ਉੱਤੋਂ ਡਿੱਗਾ, ਜੇ ਤੂੰ ਬਾਹਮਣ ਬਾਹਮਣੀ ਜਾਇਆ, ਆਨ ਬਾਟ ਕਾਹੇ ਨਹੀਂ ਆਇਆ, ਕਿਉਂ ਨਹੀਂ ਉੱਤੋਂ ਉੱਤਰਾਂ, ਤੇਰੀਆਂ ਮਨਾਉਤਾਂ ਵੱਖਰੀਆਂ ਦੇ, ਸਿੱਖਾਂ ਦੀਆਂ ਮਨਾਉਤਾਂ ਤਾਂ ਇਹੋ ਹੀ ਆ, ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਦੀ ਗੁੜਤੀ ਲੈਣੀ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ, ਦੂਜਿਆਂ ਨੂੰ ਕਰਾਉਣਾ, ਪੰਜ ਬਾਣੀਆਂ ਦਾ ਪਾਠ ਪੜ੍ਹਨਾ। ਅਤੇ ਸਾਰਿਆਂ ਨੂੰ ਇਹ ਕਹਿਣਾ ਵੀ ਤੁਸੀਂ ਵੀ ਪੰਜਾਂ ਬਾਣੀਆਂ ਦੇ ਪਾਠ ਪੜ੍ਹੋ, ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰੀ ਆ, ਪਰ ਤੇਰਾ ਕੰਮ ਇਹ ਵੱਖਰਾ ਵੇਖਿਆ, ਵਾਹਿਗੁਰੂ ਵਾਹਿਗੁਰੂ ਕਰਨਾ ਕੁਛ ਨਹੀਂ ਹੁੰਦਾ। ਅਤੇ ਜਿਹੜਾ ਇਹ ਰਾਤ ਦਾ ਰਹਿਣ ਸਫਾਈ ਕੀਰਤਨ ਕਰਨਾ ਹੈ, ਇਹ ਜੀ ਐਵੇਂ ਹੀ ਆ, ਪਖੰਡ ਆ, ਇਕੱਲਾ ਤੂੰ ਹੀ ਸੱਚ ਪੁੱਤ ਜੰਮ ਪਿਆ ਦੁਨੀਆਂ ਦੇ ਉੱਤੇ, ਬਾਕੀ ਸਾਰੇ ਪਖੰਡੀ ਆ, ਬਾਕੀ ਦੁਨੀਆਂ ਸਾਰੀ ਪਖੰਡੀ ਆ, ਇਕੱਲਾ ਇੱਕ ਤੂੰ ਹੀ ਇਕੱਲਾ ਸੱਚ ਪੁੱਤ ਜੰਮ ਪਿਆ।
ਕੋ ਅਕਲ ਨੂੰ ਹੱਥ ਮਾਰ। ਇਹ ਮਹਾਰਾਜ ਮੱਕਿਓਂ ਭੌਣ ਨੇੜੇ ਹੀ ਰੱਖਦੇ ਹੁੰਦੇ ਹੀ ਹੋ, ਫਿਰ ਮੁੜ ਕੇ ਤੇਰੇ ਅਰਗੇ ਜਾ ਕੇ ਖਾਲਸਾ ਪੰਥ ਕੋ ਮਾਫ਼ੀ ਮੰਗਦੇ ਹੁੰਦੇ ਵੀ ਖਾਲਸਾ ਜੀ ਮਾਫ਼ ਕਰ ਦਿਉ। ਉਦੋਂ ਮਾਫ਼ੀ ਨਹੀਂ ਉਹ ਮਿਲਣੀ, ਉਦੋਂ 76 ਮਿਲਣੇ ਹੀ ਹੋ ਜਿੰਨੇ ਰੱਜ ਕੇ ਮਿਲ ਗਏ ਤੈਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਾਗਜ਼ਾਂ 'ਚ ਉਹਨੂੰ ਹਿੰਦੂ ਲਿਖਵਾਇਆ ਇਹਨਾਂ ਨੇ। ਇਹ ਕਹਿੰਦੇ ਜੀ ਸਿੱਖ ਵੱਖਰੀ ਕੌਮ ਆ, ਜੀ ਸਿੱਖ ਵੱਖਰੀ ਕੌਮ ਆ। ਬਣ ਕੇ ਉਹ ਨਾਰੀਅਲ ਜੀ ਵਾਲੀ ਪੱਗ ਦੇ ਉੱਤੇ ਬਹਿ ਜਾਂਦਾ ਸਟੇਜਾਂ ਦੇ ਉੱਤੇ ਡੁੰਚੁਕ ਡੁੰਚੁਕ ਕਰਨ। ਹੈਂ, ਇਹ ਪਤਾ ਨਹੀਂ ਕਿਹੜੀ ਮਰਿਆਦਾ, ਅਕਾਲ ਤਖਤ ਸਾਹਿਬ ਦੀ ਕਿਹੜੀ ਮਰਿਆਦਾ 'ਚ ਲਿਖਿਆ ਵੀ ਦੰਗੜ ਦੰਗੜ ਦਾ, ਦੰਗੜ ਦੰਗੜ ਦਾ, ਅਤੇ ਵਾਜਾ ਲੈ ਕੇ ਪੂੰ 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 ਪੂੰ, ਸੱਤ ਸੁਰਾਂ ਵਾਜੇ ਦੀਆਂ ਭਗਤ ਕਬੀਰ ਜੀ ਨੇ ਦੱਸੀਆਂ। ਇਹਨੂੰ ਮੇਰੇ ਖਿਆਲ 2 ਸੁਰਾਂ ਦਾ ਵੀ ਗਿਆਨ ਨਹੀਂ ਹੋਣਾ। ਇਹ ਉਲਟੇ ਪਾਸੇ ਨਹੀਂ ਤੁਰ ਪਿਆ ਬਾਬਾ ਜੀ, ਇਹ ਹੈ ਹੀ ਉਲਟਾ ਹੀ ਪਹਿਲੇ ਦਿਨ ਤੋਂ ਹੀ। ਤੁਸੀਂ ਇਹ ਸੋਚੋ 2004, ਅੱਜ ਇਹ 2018 ਆ, 2004 ਜੂਨ ਦੇ ਵਿੱਚ, ਜੂਨ ਜੁਲਾਈ ਦੇ ਵਿੱਚ ਇਹਨੇ ਉੱਥੇ ਦੀਵਾਨ ਕੀਤਾ ਆ। ਉੱਥੇ ਇਹਨੇ ਕਿਹਾ ਵਾ ਵੀ ਡਾਕਟਰਾਂ ਨੇ ਕਸਰ ਦੱਸੀ ਆ ਗਲੇ ਦੇ ਵਿੱਚ, ਉਹ ਭੈੜੀ ਜੀ ਬਿਮਾਰੀ ਦੀ, ਇਹਦੇ ਸ਼ਬਦੀ। ਅਤੇ ਹੁਣ 2-4 ਸਾਲ ਹੀ ਆ ਬਸ ਸੇਵਾ ਕਰਨੀ ਆ, ਅਤੇ ਡਾਕਟਰਾਂ ਕਿਹਾ ਸੀ ਜਾਂ ਤਾਂ ਤੂੰ ਕੀਰਤਨ ਛੱਡ ਦੇ ਅਤੇ ਜਾਂ ਫਿਰ ਤੈਨੂੰ ਜਾਣਾ ਪੈਣਾ। ਅਤੇ ਕਹਿੰਦਾ ਦਾਸ ਨੇ ਕਿਹਾ ਕੀਰਤਨ ਤਾਂ ਨਹੀਂ ਛੱਡ ਸਕਦਾ, ਜਾਣਾ ਤਾਂ ਜਾਣਾ ਪਵੇ। ਇਹ ਮਰਿਆ ਨਾ ਉਦੋਂ ਦਾ, ਇਹ ਪਹਿਲੇ ਦਿਨ ਤੋਂ ਹੀ ਉਲਟੇ ਪਾਸੇ ਸੀ। ਉਦੋਂ ਵੀ ਕਈ ਬੰਦੇ ਉੱਥੇ ਖਲੋ ਕੇ ਇਹਦਾ ਵਿਰੋਧ ਕਰਦੇ ਸੀ, ਅਸੀਂ ਕਿਹਾ ਅਸੀਂ ਕਿੱਦਾਂ ਇਹਦਾ ਵਿਰੋਧ ਕਰੀਏ। ਅਤੇ ਦੂਜਿਆਂ ਨੂੰ ਇਹ ਕਹਿੰਦਾ ਜੀ ਫਲਾਣਾ ਜਿਹੜਾ ਉਹਦੇ ਇਹਦੇ ਚੇਲੇ ਚਪਟੇ ਜਿਹੜੇ ਆ ਉਹ ਕਹਿੰਦੇ ਉਹਦਾ ਵਿਰੋਧ ਨਹੀਂ ਕਰਦੇ। ਉਹ ਦੱਸੋ ਸਾਡਾ ਦਿਮਾਗ ਖਰਾਬ ਆ, ਅਸੀਂ ਉਹਨਾਂ ਦਾ ਵਿਰੋਧ ਕਰੀਏ? ਅਸੀਂ ਤੁਹਾਡਾ ਵਿਰੋਧ, ਤੇਰਾ ਵਿਰੋਧ ਇਸ ਕਰਕੇ ਕਰਨ ਡੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੂੰ ਜ਼ਰੀਆ ਦੱਸਣ ਡਿਆ। ਕਦੀ ਆਪਣੀ ਮਾਂ ਨੂੰ ਕਹੇਗਾ ਤੂੰ ਮਾਤਾ ਜ਼ਰੀਆ, ਕਦੀ ਆਪਣੇ ਪਿਓ ਨੂੰ ਕਹੇਗਾ ਤੂੰ ਪਿਓ ਪੁਰਸ਼ ਜ਼ਰੀਆ, ਆਇਆ ਤਾਂ ਉਹਨਾਂ ਦੇ ਥਰੂ ਆਉਣਾ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਉਹ ਸ਼ਰਮ ਨੂੰ ਹੱਥ ਮਾਰ ਵੀ ਪਿਓ ਤੇਰਾ ਜ਼ਰੀਆ, ਉਹਨੂੰ ਤੂੰ ਜ਼ਰੀਆ ਨਹੀਂ ਕਹਿ ਸਕਦਾ, ਉਹਨੂੰ ਪਿਤਾ ਜੀ। ਅਤੇ ਜਿਹੜੇ ਸਿੱਖਾਂ ਦਾ ਜਿਨ੍ਹਾਂ ਤੋਂ ਬਗੈਰ ਜੰਮਣਾ ਨਹੀਂ ਆ, ਜਿਨ੍ਹਾਂ ਤੋਂ ਬਗੈਰ ਸਿੱਖ ਮਰ ਨਹੀਂ ਸਕਦੇ, ਜਿਨ੍ਹਾਂ ਤੋਂ ਬਗੈਰ ਸਾਡਾ ਅੰਤਮ ਸੰਸਕਾਰ ਨਹੀਂ, ਆਨੰਦ ਕਾਰਜ ਸੰਸਕਾਰ ਨਹੀਂ, ਕੋਈ ਜੰਮਣ ਸੰਸਕਾਰ ਨਹੀਂ, ਉਹਨਾਂ ਨੂੰ ਉਹਨੂੰ ਤੂੰ ਜ਼ਰੀਆ ਦੱਸਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਅਸੀਂ ਇਹ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਕਿ ਹਰ ਪ੍ਰਚਾਰਕ ਦਾ ਇਹ ਫਰਜ਼ ਬਣਦਾ ਹੈ ਕਿ ਜੇਕਰ ਸੰਗਤ ਦੇ ਜ਼ਹਿਨ ਦੇ ਵਿੱਚ ਕੋਈ ਵੀ ਗਲਤ ਭਾਵਨਾ ਆਉਂਦੀ ਹੈ, ਗਲਤ ਸਵਾਲ ਆਉਂਦੇ ਨੇ, ਤਾਂ ਉਸ ਪ੍ਰਚਾਰਕ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਪਹਿਲਾਂ ਸੰਗਤ ਦੇ ਵਿੱਚੋਂ ਉਹ ਦੁਵਿਧਾ ਦੂਰ ਕੀਤੀ ਜਾਵੇ ਪ੍ਰਚਾਰ ਪ੍ਰਸਾਰ ਨੂੰ ਲੈ ਕੇ, ਅਤੇ ਜੋ ਵੀ ਪ੍ਰਚਾਰਿਆ ਜਾ ਰਿਹਾ ਹੈ ਕਿਸੇ ਵੀ ਪ੍ਰਚਾਰਕ ਦੇ ਵੱਲੋਂ ਉਹ ਕਿਹੜੇ ਤੱਥਾਂ ਦੇ ਆਧਾਰ 'ਤੇ ਪ੍ਰਚਾਰਿਆ ਜਾ ਰਿਹਾ ਹੈ, ਗੁਰਮਤਿ ਦੀ ਕਸੌਟੀ 'ਤੇ ਖਰਾ ਉਤਰਦਾ ਹੈ ਨਹੀਂ ਉਤਰਦਾ, ਤੱਥਾਂ ਦੇ ਆਧਾਰ 'ਤੇ ਉਹਦੀ ਵਿਆਖਿਆ ਕਰ ਸੰਗਤ ਨੂੰ ਸਮਝਾਉਣਾ ਚਾਹੀਦਾ ਹੈ, ਤਾਂ ਜੋ ਕੋਈ ਵੀ ਆਏ ਦਿਨ ਉੱਠ ਕੇ ਕਿਸੇ ਵੀ ਚੰਗੇ ਪ੍ਰਚਾਰਕ ਉੱਤੇ ਉਂਗਲ ਨਾ ਚੱਕ ਸਕੇ। ਹੁਣ ਅਗਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਉੱਤੇ ਜਾਂ ਭਾਈ ਧੁੰਦਾ ਉੱਤੇ ਇਸ ਸਿੰਘ ਨੇ ਉਂਗਲ ਚੱਕੀ ਹੈ, ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇੱਕ ਵਾਰ ਸੰਗਤ ਦੀਆਂ ਗੱਲਾਂ ਵੱਲ ਜ਼ਰੂਰ ਧਿਆਨ ਦੇਣ, ਅਤੇ ਬਿਨਾਂ ਕਿਸੇ ਗੱਲ ਦੇ ਵਧਾਵੇ ਦੇ ਅਗਰ ਬੈਠ ਕੇ ਮਸਲੇ ਹੱਲ ਹੁੰਦੇ ਨੇ, ਬੈਠ ਕੇ
ਮਤਭੇਦ ਦੂਰ ਹੁੰਦੇ ਨੇ ਤਾਂ ਕੀਤੇ ਜਾਣ, ਤਾਂ ਜੋ ਕੌਮ ਦੇ ਵਿੱਚ ਅਜਿਹੀ ਦੁਵਿਧਾ ਨਾ ਪੈ ਸਕੇ ਕਿ ਕੁਝ ਪ੍ਰਚਾਰਕ ਮਿਲ ਕੇ ਕੌਮ ਨੂੰ ਦੁਫਾੜ ਕਰਨ ਵਿੱਚ ਲੱਗੇ ਹੋਏ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ, ਹੱਥ ਬੰਨ ਕੇ ਮਾਫ਼ੀ ਹੈ ਜੀ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।